ਸਤਿਕਾਰਯੋਗ ਬਾਬਾ ਚੰਦੜ ਪੀਰ ਮੇਲਾ ਪ੍ਰਬੰਧਕ ਕਮੇਟੀ ਜੰਡ ਵਾਲਾ ਵੱਲੋਂ ਬਈ 1100 ਰੁਪਇਆ ਮਾਣਾ ਹੈ, ਤਾੜੀ ਬਣਦੀ ਹੈ ਸਰਦਾਰ ਜੀ ਦੇ ਨਾਲ। ਉਹ ਵੱਸਦੇ ਰਹੋ, ਕਿੱਥੇ ਖੜੇ ਹੋ? ਜੰਡ ਵਾਲੇ ਬੰਦੇ ਚੰਗੇ ਹੈ ਯਾਰ, ਦੂਜਿਆਂ ਨੂੰ ਵੀ ਹੱਥ ਪਾਈਦੀ ਹੈ ਜੀ। ਬਹੁਤ ਮਿਹਰਬਾਨੀ ਆ, ਬਹੁਤ ਬਹੁਤ ਸ਼ੁਕਰੀਆ ਜੰਡ ਵਾਲਾ ਵੱਲੋਂ 1100 ਰੁਪਇਆ ਜੀ। ਆਹੋ ਇੱਕੋ ਗੱਲ, ਦੂਜਿਆਂ ਤੋਂ ਲੈਣੇ ਨਹੀਂ, ਮਿਹਰਬਾਨੀ। ਪ੍ਰਕਾਸ਼ ਘਾਰੂ ਮੇਰੇ ਭਰਾ ਤਾਂ ਜੀ, ਕਾਮਰੇਡ ਪ੍ਰਕਾਸ਼ ਘਾਰੂ ਜੀ ਭਾਗ ਥਲੇ ਤੋਂ ਬਹੁਤ ਸਾਰਾ ਮਾਣ ਕਰਕੇ ਗਏ, ਧੰਨਵਾਦ ਕਰਦਾ, ਬਹੁਤ ਮਿਹਰਬਾਨੀ। ਸਰਦਾਰ ਜੀ ਨੇ ਸਾਹਮਣੇ ਇਨਾਮ ਭੇਜਿਆ ਪਰ ਨਾਂ ਨਹੀਂ ਦੱਸਿਆ, ਕਿਰਪਾ ਕਰਕੇ ਜਾਂ ਤਾਂ ਲਿਖ ਦਿਆ ਕਰੋ ਜਾਂ ਮੁੰਡਿਆਂ ਨੂੰ ਦੱਸ ਜ਼ਰੂਰ ਦਿਆ ਕਰੋ। ਤੁਸੀਂ ਮੇਰਾ ਮਾਣ ਕਰਦੇ ਹੋ, ਮੇਰਾ ਹੱਕ ਹੈ ਕਿ ਮੈਂ ਤੁਹਾਡਾ ਆਦਰ ਕਰਾਂ, ਤੁਹਾਡਾ ਨਾਂ ਅਨਾਊਂਸ ਕਰਾਂ। ਬਹੁਤ ਸਾਰਾ ਮਾਣ ਕੀਤਾ ਮੇਰੇ ਭਰਾਵਾਂ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਕੀ ਨਾਂ ਭਾਅ ਜੀ? ਆ ਪੁੱਛੇ ਪੁੱਤਰਾ ਕਬਲ, ਉਹ ਨਾ ਨਿਮੇ ਕਿਵੇਂ ਹੈ? ਠੀਕ ਹੈ, ਸਿਹਤ ਠੀਕ ਹੈ? ਉਹ ਪਿੰਡ ਵਾਲੇ ਠੀਕ ਹੈ? ਅੱਛਾ ਅੱਛਾ, ਜਿਉਂਦੇ ਰਹੋ, ਵੱਸਦੇ ਰਹੋ, ਸਤਿ ਸ਼੍ਰੀ ਅਕਾਲ। ਨਿੰਮਾ ਪੱਖੀ ਬੜਾ ਪਿਆਰਾ ਗੀਤਕਾਰ ਹੈ ਜੀ, ਸਾਡੇ ਭਰਾ ਤਾਂ ਬਹੁਤ ਸਾਰਾ ਮਾਣ ਬਹੁਤ ਮੇਰੇ ਮਿੱਤਰਾਂ ਵੱਲੋਂ ਆਇਆ ਜੀ, ਅਤੇ ਬੜਾ ਹੀ ਪਿਆਰਾ ਗੀਤ। ਅਗਲਾ ਆਪ ਜੀ ਦੀ ਸੇਵਾ ਦੇ ਵਿੱਚ, ਅੱਜ ਕੱਲ੍ਹ ਮੰਦੇ ਦਾ ਦੌਰ ਚੱਲ ਰਿਹਾ ਜੀ ਸਾਰੇ ਸੰਸਾਰ ਦੇ ਵਿੱਚ, ਛੋਟਿਆਂ ਦੀਆਂ ਫਰਮਾਇਸ਼ਾਂ ਲਾਈ ਲਈਏ ਨਾਲ ਦੀ ਨਾਲ, ਪੂਰੀ ਦੁਨੀਆ ਮੰਦੇ ਦੇ ਦੌਰ 'ਚ ਆਈ ਆ। ਮੈਂ ਹੁਣ ਬਾਲੀਆਂ ਅਨਾਊਂਸਮੈਂਟਾਂ ਨਹੀਂ ਕਰਦਾ, ਕਹਿਣ ਤੋਂ ਭਾਵੇਂ ਕੰਮ ਕਾਰ ਸਾਰੇ ਠੱਪ ਹੋਏ ਪਏ, ਤੁਹਾਨੂੰ ਪਤਾ ਹੀ ਹੈ। ਜੇ ਕਿਸੇ ਦਾ ਮਾੜਾ ਮੋਟਾ ਕੰਮ ਕਾਰ ਚੱਲਦਾ ਵੇ ਜੇ, ਆ ਪਿਆਰ ਮੁਹੱਬਤ ਹੈ ਕਈ ਵਾਰੀ ਬੰਦੇ ਦੇ ਰਸਤੇ 'ਚ ਇਹ ਵੀ ਰੋੜਾ ਬਣ ਜਾਂਦਾ ਹੈ। ਬੜਾ ਹੀ ਪਿਆਰਾ ਗੀਤ ਤੁਹਾਡੇ ਚਰਨਾਂ ਦੇ ਵਿੱਚ, ਆਟੇ ਵਾਲੀ ਚੱਕੀ, ਮੇਰੇ ਛੋਟੇ ਵੀਰਾਂ ਦੀ ਫਰਮਾਇਸ਼। ਥੈਂਕ ਯੂ। ਫੇਲ ਜਾਂਦਾ
ਸਭ ਬਾਹਰ ਨੇ, ਪਿੱਛੇ ਗੇੜੇ ਮਾਰੇ ਬੈਂਕ ਵਾਲੀ ਕਾਰ ਨੇ। ਦਿਲ ਜੱਟ ਦਾ ਤਾਂ ਹੋ ਗਿਆ ਵਪਾਰ ਨੇ, ਪਿੱਛੇ ਗੇੜੇ ਮਾਰੇ ਬੈਂਕ ਵਾਲੀ ਕਾਰ ਨੇ। ਮਰੂਸਲ ਫਾਸਦੀਆਂ ਖਾ ਕੇ ਗੋਲੀਆਂ ਜੇ ਤੂੰ ਵੀ ਛੱਡ ਗਈ ਬੈਰ ਨੇ, ਮਰੂਸਲ ਫਾਸਦੀਆਂ ਖਾ ਕੇ ਗੋਲੀਆਂ ਜੇ ਤੂੰ ਵੀ ਛੱਡ ਗਈ ਬੈਰ ਨੇ। ਚੜਾਤਾ ਕਿੱਡਾ ਚਾਂਦਨੀ, ਵੱਟੇ ਨਾ ਕਰਿਆ ਹੋਵੇ ਖਸੰਦਨੀ, ਤੇਰੇ ਛੰਦਨੇ ਚੜਾਤਾ ਕਿੱਡਾ ਚਾਂਦਨੀ। ਉਹ ਸਾਰਾ ਧਨਾ ਵਿੱਚ ਅਟਿਆ ਉਹਦਾ ਹੋ ਗਿਆ ਕਿ ਹਵਾ ਵਗ ਗਈ ਬੈਰ ਨੇ। ਆਟੇ ਵਾਲੀ ਚੱਕੀ ਲੋਨ ਲੈ ਕੇ ਲਾਈ ਸੀ ਨੀ ਖੋਜੇ ਲੱਗ ਗਈ ਬੈਰ।